सूरजमुखी वढ़ते उन्हें वढ़ दी हूं ढोन जा रहे हैं। कल एक चक्कर राती लिया सी इस वजह तो वीडियो नहीं बनी अज जो है सुबह सुबह का टाइम सोचा कि भी अपनी अज की रूटीन भी शेयर करा तो अपने सूरजमुखी दिखावा कि माशाल्लाह निके निके न्याणे अज इतवार जुम्मा पर स्कूलों छुट्टियां हो गई कल शामी कोई नहीं आया अज निके निके न्याणे देखो सारे कट्ठे हुए है मेना इन्होंने मकई है कहते सानू शायद पैसे दें तुसी तेनू सूरजमुखी लाती है मैं चलो ठीक है भाई तुहानू शायद शायद चीजी के पैसे दूं तुहानू चीजी के खलो जो ताडा इंट्रोडक्शन करा तेरा नाम की आके शराज तेरा नाम की आ पुत्र अरसलान इधर भी देखो तेरा नाम की है काके इस्माइल स्मील तेरा नाम की है वकास तेरा मुबशर पर तेरा नाम की है हैं रिजवान तेरा नाम असद तेरा नाम हैं की शावेज अच्छा तेरा नाम की है हैं फरहान तेरा नाम की है काके बकास तेरा किया तू केदा मुंडा है केदा मुंडा तू छुअर कहता है तू तामी दा ए जी तामी दा छुअर आ चलो ले आओ ले आओ ले आओ नसके नसके मेरे बच्चे नसके लो जी न्याणे निके निके जड़े आ ये लई आउंदे आ ते मैं ते कम ही पाई इहनू सीधी करके सैटिंग च लाई आउंदे अगे उदे ही छुट्टी आई है ते फिर उहदे विच नहीं इहने सैट होना उस तोड़ के सुट दिंदा तूं चाचा रमजान उह वी नाल आ साडे इहदे चाचा ईसा खान उह वी साडे नाल कम ही पाई दा मामा चाचा ईसा खान ते चाचा रमजान कम ही पाई दा बाबा जान चलो भाई सुटो 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 उत्ते सुटियो 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 इत्थे सुटियो इत्थे 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 सुटियो शाबाश 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 नसके मेरे पुत नसके गर्मी काफ़ी हो गई है ते कल दी अजीब जी गर्मी है मैनू तो पता नहीं अजीब गर्मी लगन डई है हवा भी चलन डई है लेकिन है ना एवं सेक चुभदा जहा घुटवा जहा सेक कल माशाल्लाह
ਸੂਰਜਮੁਖੀ ਦੇ ਫੁੱਲ ਚੈੱਕ ਕਰੋ ਤੁਸੀਂ, ਕਮੈਂਟ ਸੈਕਸ਼ਨ ਦੱਸਿਓ। ਦੇਖੋ ਬਥੇਰੇ ਆ ਕਿ ਹੋਰ ਵੱਡੇ ਹੁੰਦੇ ਇਹਦੇ ਨਾਲ। ਮਾਸ਼ਾਅੱਲਾ ਦਾਣਾ ਵੀ ਪੂਰਾ ਸਿਹਤਮੰਦ ਤੇ ਅਲਹਮਦੁਲਿਲਾ ਰੇਟ ਵੀ ਐਤਕੀ ਸੁਣਿਆ ਸਿਹਤਮੰਦ ਹੀ ਗਾ ਇਹਦਾ। 7500 ਸੁਣ ਰਹੇ ਹਾਂ, ਹੋਰ ਮਿਲਾ ਤਾਂ ਵੱਧ ਜਾਣਾ ਵਾ। ਮਾਸ਼ਾਅੱਲਾ ਜੀ, ਆਪਣੇ ਟਰੈਕਟਰ 'ਤੇ ਪਹਿਲੀ ਫਸਲ ਆਪਣੀ ਆਪਣੀ ਰਕਬੇ ਦੇ ਵਿੱਚੋਂ ਚੁੱਕਣਾ ਆ ਅਤੇ ਅਲਹਮਦੁਲਿਲਾ ਬਿਹਤਰੀਨ ਐਕਸਾਈਟਿੰਗ ਐਕਸਪੀਰੀਅੰਸ ਆ ਮੇਰਾ। ਐਕਸਾਈਟਿਡ ਐਕਸਪੀਰੀਅੰਸ ਹੁੰਦਾ ਕਿ ਐਕਸਾਈਟਿੰਗ ਹੁੰਦਾ ਇਹ ਹੁਣ ਮੈਨੂੰ ਨਹੀਂ ਪਤਾ, ਤੁਸੀਂ ਦੇਖ ਲਿਓ, ਮੈਂ ਤੁਹਾਨੂੰ ਦੱਸਦਾ। ਉਹ ਜਿੱਦਾਂ ਸ਼ਾਇਦ ਤੁਸੀਂ ਟਿਕਟੋਕ 'ਤੇ ਦੇਖਿਆ ਹੋਇਆ, ਰਾਣਾ ਉਹ ਇੱਕ ਸਦਾਈ ਜਿਹਾ ਉਹ ਕਹਿੰਦਾ ਹੁੰਦਾ ਬਸ ਕਹਿਤਾ ਤਾਂ ਕਹਿਤਾ ਇਸ ਤਰ੍ਹਾਂ ਹੀ, ਬਸ ਕਹਿਤਾ ਤਾਂ ਫਿਰ ਕਹਿਤਾ। ਲਿਆਓ ਵੀ ਲਿਆਓ ਮੇਰੇ ਬੱਚੇ, ਨੱਸ ਨੱਸ ਕੇ ਲੈ ਆਓ ਟਰੈਕਟਰ ਅੱਗੇ ਕਰ ਦੇਵਾਂ ਤੁਹਾਨੂੰ। ਚੁੱਕੋ ਢੇਰੀਆਂ ਚੁੱਕੋ, ਮੈਂ ਟਰੈਕਟਰ ਤੁਹਾਨੂੰ ਅੱਗੇ ਕਰ ਦੇਣਾ। ਕਰਾਮ ਸਾਈਡਾਂ 'ਤੇ ਲਾਈ ਆ, ਸਾਈਡਾਂ 'ਤੇ ਲਾਈ ਆ, ਵਿੱਚ ਨਾ ਸੁੱਟ ਹਜੇ। ਸਾਈਡਾਂ 'ਤੇ ਲਾਈ ਆ ਜਾਂ ਸਾਈਡਾਂ ਉੱਚੀਆਂ ਕਰੀ ਜਾ ਇਹਦੀਆਂ। ਸੂਰਜਮੁਖੀ ਬੀਜੀ ਆ, ਇੱਥੇ ਕਮਾਦ ਸੀਗਾ ਅਤੇ ਉਹ ਗੁੜ ਉਹਦਾ ਸਹੀ ਨਹੀਂ ਬਣਿਆ, ਅਸੀਂ ਉਹਨੂੰ ਪੁੱਟ ਦਿੱਤਾ। ਸਾਨੂੰ ਪਹਿਲੇ ਸਾਲ ਦਾ, ਇੱਕ ਸਾਲ ਦਾ ਕਮਾਦ ਸੀਗਾ ਅਤੇ ਉਹਨੂੰ ਅਸੀਂ ਪੁੱਟ ਦਿੱਤਾ ਅਤੇ ਇਰਾਦਾ ਸੀਗਾ ਕਿ ਇਹਦੇ ਵਿੱਚ ਚਾਵਲ ਬੀਜਾਂਗੇ ਕਿ ਖਾਲੀ ਪਈ ਰਹੇ। ਲੇਕਿਨ ਬੈਠਾ ਬੈਠਾ ਕੁਦਰਤੀ ਮੇਰੇ ਜ਼ਹਿਨ 'ਚ ਆਇਆ ਕਿ ਕਦੀ ਨਹੀਂ ਸੀ ਸੂਰਜਮੁਖੀ ਬੀਜੀ, ਤਾਂ ਅੱਬੂ ਨਾਲ ਮੈਂ ਨਾ ਮਸ਼ਵਰਾ ਕੀਤਾ। ਮੈਂ ਕਿਹਾ ਕਿ ਇਹ ਸੂਰਜਮੁਖੀ ਬੀਜ ਲਈਏ, ਉੱਥੇ ਇੰਨਾ ਚਿਰ ਵਿਹਲੀ ਜੀ ਪਈ ਰਹਿਣ ਦੇਣੀ ਆ, ਚਲੋ ਕੋਈ 4 ਦਾਣੇ ਹੋਣਗੇ। ਪਹਿਲਾਂ ਤਾਂ ਕਹਿੰਦੇ ਰਹੇ ਕਿ ਨਹੀਂ ਯਾਰ ਸੂਰਜਮੁਖੀ ਪਤਾ ਨਹੀਂ ਹੋਣੀ ਕਿ ਨਹੀਂ ਉੱਥੇ। ਮੈਂ ਕਿਹਾ ਨਹੀਂ, ਚਲੋ ਕੁਦਰਤ ਇੱਕ ਰਿਸਕ ਦੇ ਤੌਰ 'ਤੇ ਚਲੋ ਬੀਜ ਲੈਂਦੇ ਹਾਂ ਕਿ ਕੋਈ 2 ਬੋਰੇ ਨਿਕਲਣਗੇ। ਅਤੇ ਅਲਹਮਦੁਲਿਲਾ ਫੁੱਲ ਵੀ ਤੁਸੀਂ ਚੈੱਕ ਕੀਤਾ ਵਾ ਅਤੇ ਸਾਰਾ ਦੇਖਿਆ ਵਾ ਕਿ ਬਿਹਤਰੀਨ ਸੂਰਜਮੁਖੀ ਹੋਈ ਆ। ਥੋੜ੍ਹਾ ਜਿਹਾ ਇਹਦੇ ਵਿੱਚ ਕੌੜੀ ਜਗ੍ਹਾ ਹੈਗੀ ਆ, ਇੱਕ ਥਾਂ ਤੌੜ ਹੈਗਾ ਉਹਦੇ ਵਿੱਚ, ਉੱਥੇ ਹੈ ਨਹੀਂ ਗੀ। ਲੇਕਿਨ ਬਾਕੀ ਉਮੀਦ ਆ ਕਿ ਕੋਈ 10-12 ਮਣ ਦੁਹਾੜ ਦੇ ਵਿੱਚੋਂ ਨਿਕਲ ਆਉਣੀ ਆ 4 ਏਕੜ ਦੇ ਵਿੱਚੋਂ। ਗਰਮੀ ਦੇ ਹਾਲਾਤ ਤੁਸੀਂ ਦੇਖ ਸਕਦੇ ਹੋ, ਬਹੁਤ ਗਰਮੀ ਆ। ਕਾਮੀ ਭਾਈ ਉੱਤੇ ਚੜਿਆ ਵਾ, ਨਿਆਣੇ ਨਿੱਕੇ ਨਿੱਕੇ ਫੜਾਉਣ ਡਿਆ ਉਹਨੂੰ, ਅਤੇ ਉਹਨੂੰ ਸਿੱਧੀ ਕਰਕੇ ਅਤੇ ਚਿਣ ਕੇ ਰੱਖਣ ਡਿਆ ਉਹਦੇ 'ਚ। ਅਤੇ ਤਕਰੀਬਨ ਚੌਕੀ ਹੋ ਗਈ ਆ, ਹੁਣ ਅਸੀਂ ਜਾਣਾ ਵਾ ਘਰ ਅਤੇ ਫਿਰ ਅੱਗੇ ਦੀ ਕਾਰਵਾਈ ਫਿਰ ਤੁਹਾਨੂੰ ਮੈਂ ਦਿਖਾਉਣਾ ਵਾ। ਹਾਂਜੀ, ਅਤੇ ਸੂਰਜਮੁਖੀ ਲੱਦ ਹੋ ਗਈ, ਕਾਮੀ ਭਾਈ ਨੇ ਉੱਤੇ ਚੜ੍ਹ ਕੇ ਅਤੇ ਉਹਨੂੰ ਸਿੱਧੀ ਪੱਧਰੀ ਕਰਕੇ ਲੱਦ ਦਿੱਤਾ ਅਤੇ ਬੱਚੇ ਹਜੇ ਵੀ ਫਿਰ ਉਹਨਾਂ ਨੂੰ ਕਿਹਾ ਵਿੱਚ ਫੇਰਾ ਮਾਰੋ, ਫਿਰੋ, ਦੇਖੋ ਕੋਈ ਕਿਤੇ ਫੁੱਲ ਪਿਆ ਵਾ ਤੁਹਾਨੂੰ ਚੁੱਕ ਲਿਆਓ, ਨਹੀਂ ਤਾਂ ਅਸੀਂ ਫਿਰ ਇਹਨੂੰ ਰੱਸਾ ਬੰਨ੍ਹ ਕੇ ਅਤੇ ਅਸੀਂ ਚਲੀਏ ਹੁਣ ਆਪਣੇ ਘਰ ਨੂੰ। ਬੱਚੇ ਸਾਰੇ ਹੁਣ ਮੇਰੇ ਵੱਲ ਦੇਖ ਰਹੇ ਆ, ਮੈਂ ਤਾਂ ਘਰ ਬੰਨ ਕੇ ਕਾਮੀ ਕੋਲੋਂ ਤੁਹਾਡੇ ਕਿਤੇ ਸ਼ਾਇਦ ਪੈਸੇ ਭੇਜਣਾ। ਠੀਕ ਹੈ ਤਾਂ ਮਾਰਕਾ, ਕੋਈ ਇਤਰਾਜ਼ ਹੈ? ਕਿਆ ਇਤਰਾਜ਼ ਹੈ? ਆ ਹੀ ਦੇ ਤੁਹਾਡਾ ਇਤਰਾਜ਼ ਦੂਰ ਕਰਾਂ ਮੈਂ। ਬੱਚਿਆਂ ਨਾਲ ਗੱਲ ਮੇਰੀ ਤੈਅ ਪਾ ਗਈ, ਮੈਂ ਕਿਹਾ ਕਾਮੀ ਕੋਲ ਉੱਥੋਂ ਮੈਂ ਘੱਲਦਾ ਵਾਂ, ਹੁਣ ਇਸ ਟਾਈਮ ਮੇਰੀ ਜੇਬ 'ਚ ਪੈਸੇ ਨਹੀਂ ਹੈਗੇ। ਅਤੇ ਕਾਮੀ ਭਾਈ ਨੇ ਸ਼ੀਟ ਉੱਤੇ ਲਪੇਟ ਕੇ ਰੱਸਾ ਉੱਤੇ ਮਾਰ ਦਿੱਤਾ ਵਾ ਅਤੇ ਹੁਣ ਅਸੀਂ ਜਾ ਰਹੇ ਹਾਂ ਅੱਲਾ ਖੈਰ ਕਰੇ ਖੈਰੀ ਸਲਾਨ ਘਰ। ਬੱਚਾ ਪਾਣੀ ਪਿਲਾਉਣਾ ਆਇਆ ਸੀ। ਬੱਚਾ ਕੀ ਨਾਂ ਤੇਰਾ? ਅਰਸਲਾਨ। ਕਿਹਦਾ ਬੱਚਾ ਤੂੰ? ਕਿਹਦਾ ਨਿੱਕਾ? ਤਾਰਕ ਦਾ। ਮੂਸੇ ਖਾਂ ਵਾਲਾ? ਮੂਸੇ ਖਾਂ ਵਾਲੇ ਤਾਰਕ ਦਾ ਬੇਟਾ ਵਾ। ਅਤੇ ਹੁਣ ਜਾ ਰਹੇ ਹਾਂ ਅਸੀਂ। ਬਸ ਕਾਮੀ ਠੀਕ ਨਹੀਂ ਰਸਾ? ਚੱਲ ਬਹਿ ਉੱਥੇ। ਅਤੇ ਹੁਣ ਅੱਲਾ ਖੈਰ ਕਰੇ ਅਸੀਂ ਜਾ ਰਹੇ ਹਾਂ ਘਰ, ਬਿਸਮਿਲਾ ਪੜ੍ਹਦੇ ਹਾਂ। ਹਾਂਜੀ, ਅਤੇ ਗਾਈਸ, ਸੂਰਜਮੁਖੀ ਲੱਦ ਕੇ ਅਸੀਂ ਜਾ ਰਹੇ ਹਾਂ ਘਰ ਨੂੰ। ਹਲਕਾ ਜਿਹਾ ਮਿਊਜ਼ਿਕ ਲਾਇਆ ਅਤੇ ਕਾਮੀ ਭਾਈ ਮਿਊਜ਼ਿਕ ਦਾ ਬਲਕਿ ਮਨੋਰੰਜਨ ਦਾ ਆਨੰਦ ਮਾਣ ਰਿਹਾ ਵਾ। ਅਤੇ ਅਸੀਂ ਹੁਣ ਜਾ ਰਹੇ ਹਾਂ ਘਰ, ਜਾ ਕੇ ਸੂਰਜਮੁਖੀ ਲਾਵਾਂਗੇ। ਗਰਮੀ ਕਾਫੀ ਹੋ ਗਈ ਆ, ਗਾਈਆਂ ਧੁੱਪੇ ਖੜੀਆਂ ਵਾਂ, ਜਾ ਕੇ ਉਹਨਾਂ ਨੂੰ ਵੀ ਛਾਵੇਂ ਕਰਾਂਗੇ ਅਤੇ ਇਨਸ਼ਾਅੱਲਾ ਫਿਰ ਮਜ਼ੀਦ ਅਪਡੇਟ ਤੁਹਾਡੇ ਨਾਲ ਸ਼ੇਅਰ ਕਰਦੇ ਹਾਂ।
हाँ जी, तकरीबन 11 बजे का हूँ टाइम, तो सूरजमुखी जोड़ा हैगा वा कि मैं ढेरियां लगियां से फुलन डे वा। तो अज की शॉर्ट जी वीडियो इन्नी, मेरा तुम्हें अज की वीडियो पसंद आई होगी। अगर पसंद आई है तो इन लाइक करो, कमेंट करो, शेयर करो, तो चैनल सबसक्राइब करो, बैल आइकन भी दबियो। तो सारे की बड़ी मेहरबानी देखने की। जींदे वास्ते रहो। अस्सलाम वालेकुम।